لن تنالوا البر حتى تنفقوا مما تحبون وما تنفقوا من شيء فإن الله به عليم. ਤੁਸੀਂ ਹਰਗਿਜ਼ ਨੇਕੀ ਦੀ ਹਕੀਕਤ ਤੱਕ ਨਹੀਂ ਪਹੁੰਚ ਸਕਦੇ ਹੋ ਜਦ ਤੱਕ ਕਿ ਉਸ ਚੀਜ਼ ਵਿੱਚੋਂ ਅੱਲਾਹ ਦੀ ਰਾਹ ਵਿੱਚ ਖਰਚ ਨਾ ਕਰੋ ਜਿਹੜੀ ਤੁਹਾਨੂੰ ਮਹਿਬੂਬ ਹੋਵੇ, ਅਤੇ ਤੁਸੀਂ ਜੋ ਕੁਝ ਵੀ ਖਰਚ ਕਰਦੇ ਹੋ ਅੱਲਾਹ ਉਸਨੂੰ ਜਾਣਦਾ ਵੇ. ਅੱਜ ਪਿਸ਼ੋਰ ਦੇ ਇਲਾਕੇ ਬਾਲਾ ਗੇਟ ਦੇ ਵਿੱਚ ਪਾਕਿਸਤਾਨ ਹਿਲਾਲ ਅਹਿਮਰ ਨੇ ਰਹਿਮਤ ਰਮਜ਼ਾਨ ਕੰਪੇਨ ਦਾ ਆਗਾਜ਼ ਕੀਤਾ. ਤਕਰੀਬ ਦਾ ਬਾਕਾਇਦਾ ਆਗਾਜ਼ ਦੁਆਏ ਖੈਰ ਨਾਲ ਹੋਇਆ. ਇਸ ਤਕਰੀਬ ਦੇ ਵਿੱਚ ਬਾਲਾ ਗੇਟ ਦੇ ਗਰੀਬ, ਨਾਦਾਰ ਅਤੇ ਮੁਸਤਹਿਕ ਖਾਨਦਾਨਾਂ ਦੇ ਵਿੱਚ ਰਾਸ਼ਨ ਤਕਸੀਮ ਕੀਤਾ ਗਿਆ. ਪਾਕਿਸਤਾਨ ਹਿਲਾਲ ਅਹਿਮਰ KP ਦੇ ਡਿਪਟੀ ਸੈਕਟਰੀ ਆਪਰੇਸ਼ਨ ਵਾਸਿਫ ਜਾਨ ਨੇ ਰਾਸ਼ਨ ਤਕਸੀਮ ਕੀਤਾ. ਇਸ ਤਕਰੀਬ ਦਾ ਸਾਰਾ ਇੰਤਜ਼ਾਮ ਪ੍ਰੋਗਰਾਮ ਮੈਨੇਜਰ ਮੁਹੰਮਦ ਦਾਨਿਆਲ ਅਹਿਸਨ ਨੇ ਤਰਤੀਬ ਦਿੱਤਾ, ਅਤੇ ਫੰਡ ਰੇਜ਼ਿੰਗ ਮੈਨੇਜਰ ਅਸਦ ਅਲੀ ਨੇ ਵੀ ਤਕਰੀਬ ਦੇ ਵਿੱਚ ਸ਼ਿਰਕਤ ਕੀਤੀ. ਅਸਲਾਮ ਅਲੈਕੁਮ ਨਾਜ਼ਰੀਨ, ਅੱਜ ਅਸੀਂ ਪਾਕਿਸਤਾਨ ਰੈੱਡ ਕ੍ਰੀਸੈਂਟ ਦੇ ਹਸਪੀਟਲ ਦੇ ਵਿਚਕਾਰ ਹਾਜ਼ਰ ਹਾਂ. ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਰਮਜ਼ਾਨ ਦੀ ਆਮਦ ਹੈ, ਅਤੇ ਰਹਿਮਤ ਰਮਜ਼ਾਨ ਕੰਪੇਨ ਪਾਕਿਸਤਾਨ ਰੈੱਡ ਕ੍ਰੀਸੈਂਟ ਖੈਬਰ ਪਖਤੂਨਖਵਾ ਨੇ ਆਗਾਜ਼ ਕੀਤਾ ਇਸਦਾ, ਅਤੇ ਇਸ ਦੇ ਵਿਚਕਾਰ ਰਾਸ਼ਨ ਪਤਾ ਤਕਸੀਮ ਕਰ ਰਹੇ, ਅਤੇ ਆਓ ਇਹਨਾਂ ਨਾਲ ਗੱਲ ਕਰਨੀ ਆ ਮੁਹੰਮਦ ਦਾਨਿਆਲ ਸਾਹਿਬ ਨਾਲ. ਮੁਹੰਮਦ ਦਾਨਿਆਲ ਸਾਹਿਬ, ਤੁਸੀਂ ਇਸ ਬਾਰੇ ਕੀ ਕਹਿ ਸਕਦੇ? ਰਹਿਮਤ ਰਮਜ਼ਾਨ ਕੈਂਪੇਨ ਪਾਕਿਸਤਾਨ ਹਿਲਾਲ ਅਹਿਮਰ ਖੈਬਰ ਪਖਤੂਨਖਵਾ ਕਾ ਇੱਕ ਇਨੀਸ਼ੀਏਟਿਵ ਹੈ ਕਿ ਸੂਬੇ ਮੇਂ ਜਿਤਨੇ ਵੀ ਮੁਸਤਹਿਕ ਲੋਕ ਹੈ ਉਨਕੋ ਹਮ ਪਿਛਲੇ 2 ਸਾਲੋਂ ਸੇ ਰਾਸ਼ਨ ਪੈਕ ਦੇ ਰਹੇ ਹੈ ਰਮਜ਼ਾਨ ਮੇਂ ਹਰ ਸਾਲ, ਫਿਰ ਇਸੀ ਤਰ੍ਹਾਂ ਹਸਪਤਾਲੋਂ ਮੇਂ ਹਮ ਅਫਤਾਰੀਆਂ ਕਰਤੇ ਹੈ ਕਿਉਂਕਿ ਆਪ ਦੇਖਤੇ ਹੈਂ ਮਰੀਜ਼ ਹਸਪਤਾਲ ਕਿਉਂਕਿ ਪਿਸ਼ਾਵਰ ਜੋ ਹੈ ਜਿਤਨੇ ਵੀ ਮਰੀਜ਼ ਹੈ ਆਪਕੇ ਡਿਸਟ੍ਰਿਕਟ ਸੇ ਵੋ ਆਤੇ ਹੈ ਇਧਰ, ਤੋ ਹਮ ਹਰ ਸਾਲ 10 ਸੇ 15 ਦਿਨ ਵਹਾਂ ਪਰ ਰੈਗੂਲਰ ਅਫਤਾਰੀਆਂ ਕਰਵਾਤੇ ਹੈ, ਜਿਸ ਤਰ੍ਹਾਂ ਪਿਛਲੇ ਸਾਲ ਵੀ ਆਪ ਲੋਗੋਂ ਨੇ ਉਸਕੋ ਵਿਟਨੈਸ ਕੀਆ. ਔਰ ਅੱਜ ਉਸ ਸਿਲਸਿਲੇ ਕੀ 2018 ਕੀ ਇਹ ਪਹਿਲੀ ਕੜੀ ਹੈ ਜੋ ਕਿ ਹਮਨੇ ਅੱਜ ਬਾੜਾ ਗੇਟ ਮੇਂ ਕੀ ਹੈ. ਇਸੀ ਇਨਸ਼ਾਅੱਲਾ ਇਸਕੇ ਫੌਰਨ ਬਾਅਦ ਇਹ ਪਿਸ਼ਾਵਰ ਸ਼ਹਿਰ ਕੇ ਅੰਦਰੂਨੇ ਸ਼ਹਿਰ ਗੁਹਾਟੀ ਲਾਹੌਰੀ ਆਸੀਆ ਗੇਟ ਮੇਂ ਹੋਗੀ, ਫਿਰ ਇਸੀ ਤਰ੍ਹਾਂ ਵਰਸਕ ਰੋਡ ਔਰ ਰੇਗੀ ਕੇ ਇਲਾਕੋ ਕੋ ਕਵਰ ਕੀਆ ਜਾਏਗਾ, ਔਰ ਫਿਰ ਇਸਕੇ ਬਾਅਦ ਐਪਟਾਬਾਦ, ਮਾਨਸੇਰਾ, ਮਰਦਾਨ ਔਰ ਨੌਸ਼ਹਿਰਾ ਮੇਂ ਵੀ ਹਮਾਰਾ ਅਫਤਾਰੀਆਂ ਕਰਵਾਨੇ ਕਾ ਪਲਾਨ. ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ, ਅਤੇ ਨਾਜ਼ਰੀਨ ਵਾਹਿਦ ਖਲੀਲ ਸਾਹਿਬ ਇੱਥੇ ਮੌਜੂਦ ਹਨ, ਪਾਕਿਸਤਾਨ ਮੈਡ ਕ੍ਰੀਸੈਂਟ ਦੇ ਵਾਲੰਟੀਅਰ ਹਨ, ਅਤੇ ਆਓ ਇਹਨਾਂ ਦੇ ਤਬਸਰਾਤ ਜਾਣਨੇ. ਜੀ ਵਾਹਿਦ ਖਲੀਲ ਸਾਹਿਬ, ਆਪ ਕਿਆ ਕਹੇਂਗੇ ਇਸ ਕੰਪੇਨ ਕੇ ਬਾਰੇ? ਬਿਸਮਿਲ੍ਲਾਹਿਰ ਰਹਿਮਾਨ ਰਹੀਮ. ਉਹ ਕੰਪੇਨ ਇਹ ਹਮਾਰਾ ਰਮਜ਼ਾਨ ਕੰਪੇਨ ਪਾਕਿਸਤਾਨ ਕ੍ਰੀਸੈਂਟ ਨੇ ਸ਼ੁਰੂ ਕੀਆ, ਅੱਛੇ ਇਕਦਾਮ ਹੈ, ਗਰੀਬੋਂ ਕੋ ਡਾਇਰੈਕਟ ਫਾਇਦਾ ਹੋ ਰਹਾ ਹੈ ਇਨਸ਼ਾਅੱਲਾ. ਔਰ ਜਿਤਨੀ ਵੀ ਅੱਜ ਡਿਸਟ੍ਰੀਬਿਊਸ਼ਨ ਹੋਈ ਸਭ ਯਤੀਮ ਗੁਰਬਾ ਖਾਸ ਹਮਨੇ ਉਹ ਸਿੱਧਾ ਸਿੱਧਾ ਲੋਕੋ ਕੋ ਚੁਣਾ ਥਾ, ਔਰ ਅੱਛਾ ਇਨੀਸ਼ੀਏਟਿਵ ਹੈ ਪਾਕਿਸਤਾਨ ਸੋਸਾਇਟੀ ਕਾ. ਔਰ ਅਸਦ ਸਾਹਿਬ ਵੀ ਯਹਾਂ ਪੇ ਮੌਜੂਦ ਹੈ ਨਾਜ਼ਰੀਨ, ਅਤੇ ਇਹਨਾਂ ਨਾਲ ਗੱਲ ਕਰਨੀ ਹੈ. ਜੀ ਅਸਦ ਸਾਹਿਬ, ਆਪ ਕਿਆ ਕਹੇਂਗੇ? ਸਭ ਤੋਂ ਪਹਿਲੇ ਤੋ ਬਹੁਤ ਬਹੁਤ ਸ਼ੁਕਰੀਆ ਹਿਲਾਲ ਅਹਿਮਰ ਕੀ ਤਰਫ ਸੇ, ਮੈਂ ਆਪਕਾ ਮਸ਼ਕੂਰ ਹੂੰ ਕਿ ਆਪ ਯੇ ਕਵਰੇਜ ਦੇ ਰਹੇ ਹੈਂ ਔਰ ਹਮਾਰੇ ਇਸ ਇਵੈਂਟ ਕੋ ਆਪ ਕਵਰ ਕਰੇਂ. ਜੈਸੇ ਦਾਨਿਆਲ ਨੇ ਬਤਾਇਆ, ਇਹ ਹਮਾਰਾ ਇੱਕ ਇਨੀਸ਼ੀਏਟਿਵ ਹੈ, ਔਰ ਪਿਛਲੇ ਸਾਲੋਂ ਮੇਂ ਵੀ ਹਿਲਾਲ ਅਹਿਮਰ ਨੇ ਇਸ ਤਰ੍ਹਾਂ ਕੇ ਇਨੀਸ਼ੀਏਟਿਵਸ ਲੀਏ. ਹਮਾਰਾ ਮੈਂਡੇਟ ਹੈ ਕਿ ਹਮ ਆਫਾਤ ਕੇ ਅੰਦਰ ਗਰੀਬ ਨਾਦਾਰ ਲੋਕ ਜੋ ਕਿ ਆਪਣੀ ਜ਼ਿੰਦਗੀਓ ਮੇਂ ਉਨਕੇ ਪਾਸ ਇਤਨੇ ਵਸਾਇਲ ਨਹੀਂ ਹੋਤੇ, ਹਮ ਉਨਕੀ ਇਮਦਾਦ ਕਰਤੇ ਹੈਂ ਇਸ ਤਰ੍ਹਾਂ ਕੀ, ਔਰ ਅਮਨ ਕੇ ਟਾਈਮ ਮੇਂ ਵੀ ਹਮ ਇਸ ਤਰ੍ਹਾਂ ਕੇ ਇਨੀਸ਼ੀਏਟਿਵ ਲੇਤੇ ਹੈਂ ਜੋ ਕਿ ਹਮਨੇ ਪਿਛਲੇ ਸਾਲੋਂ ਮੇਂ ਵੀ ਲੀਏ. ਔਰ ਇਸ ਸਾਲ ਰਮਜ਼ਾਨ ਕਾ ਹਮਾਰਾ ਜੋ ਕੰਪੇਨ ਹੈ ਉਸਮੇਂ ਫੂਡ ਪੈਕੇਜਸ ਕੀ ਡਿਸਟ੍ਰੀਬਿਊਸ਼ਨ ਹੈ, ਔਰ ਰਮਜ਼ਾਨ ਅਫਤਾਰ ਡਿਨਰ ਕਾ ਹਮਨੇ ਰੱਖਾ ਹੁਆ ਹੈ, ਔਰ ਵੋ ਸਿਰਫ ਇੱਕ ਇਸ ਇਲਾਕੇ ਤੱਕ ਮੌਜੂਦ ਨਹੀਂ ਹੈ, ਇਹ ਹਮਾਰੀ ਪਹਿਲੀ ਡਿਸਟ੍ਰੀਬਿਊਸ਼ਨ ਸੀ, ਇਸਕੇ ਬਾਅਦ ਹਮ ਦੀਗਰ ਇਲਾਕੋਂ ਮੇਂ ਵੀ ਡਿਸਟ੍ਰੀਬਿਊਸ਼ਨ ਕਰੇਂਗੇ, ਪਿਸ਼ਾਵਰ ਕੇ ਜਿਸਮੇਂ ਅੰਦਰੂਨੇ ਸ਼ਹਿਰ ਕੇ ਇਲਾਕੇ ਵੀ ਸ਼ਾਮਿਲ ਹੈ, ਔਰ ਪਿਸ਼ਾਵਰ ਕੇ ਜੋ ਮਜ਼ਾਫਾਤ ਕੇ ਇਲਾਕੇ ਹੈ ਵੋ ਵੀ ਸ਼ਾਮਿਲ ਹੈ, ਔਰ ਇਸਕੇ ਇਲਾਵਾ ਹਮ ਅਫਤਾਰੀਓਂ ਕਾ ਵੀ ਇੰਤਜ਼ਾਮ ਹਮਨੇ ਕੀਆ, ਪਿਛਲੇ ਸਾਲੋਂ ਮੇਂ ਵੀ ਹਮਨੇ ਅਫਤਾਰੀਓਂ ਕਾ ਇੰਤਜ਼ਾਮ ਕੀਆ ਥਾ, ਔਰ ਇਸ ਸਾਲ ਤਕਰੀਬਨ ਹਮਾਰੀ ਹਰ ਰੋਜ਼ ਪਿਸ਼ਾਵਰ ਕੇ ਅੰਦਰ ਅਫਤਾਰੀਆਂ ਕਾ ਇਨਕਾਦ ਹਮ ਕਰੇਂਗੇ. ਔਰ ਇਸ ਸਾਲ ਹਮਨੇ ਇਸਮੇਂ ਇੱਕ ਇਨੀਸ਼ੀਏਟਿਵ ਇਹ ਵੀ ਲਿਆ ਕਿ ਹਮ ਜੋ ਹਮਾਰੀ ਡਿਸਟ੍ਰਿਕਟ ਬ੍ਰਾਂਚਿਜ਼ ਹੈ, ਜੋ ਕਿ 10 ਡਿਸਟ੍ਰਿਕਟ ਬ੍ਰਾਂਚਿਜ਼ ਹੈ KP ਸੂਬਾ ਕੇ ਅੰਦਰ, ਖੈਬਰ ਪਖਤੂਨਖਵਾ ਕੇ ਅੰਦਰ, ਤੋ ਉਨਕੇ ਅੰਦਰ ਵੀ ਹਮ ਇਸੀ ਰਮਜ਼ਾਨ ਪੈਕੇਜ ਕਾ ਡਿਸਟ੍ਰੀਬਿਊਸ਼ਨ ਵੀ ਕਰੇਂਗੇ, ਔਰ ਅਫਤਾਰੀਓਂ ਕਾ ਵੀ ਇੰਤਜ਼ਾਮ ਕਰੇਂਗੇ. ਤੋ ਆਪਕੇ ਇਸ ਚੈਨਲ ਕੇ ਵਸਾਤਿਤ ਸੇ ਹਮ ਅਪੀਲ ਵੀ ਕਰੇਂਗੇ, ਰਿਕੁਐਸਟ ਵੀ ਕਰੇਂਗੇ ਐਸੇ ਮੁਖੈਰ ਹਜ਼ਰਾਤ ਸੇ ਜੋ ਹਮਾਰੇ ਸਾਥ ਇਸ
کار خیر میں شامل ہونا چاہتے ہیں تو ان کو موسٹ ویلکم, وہ ہمارے ساتھ اس کار خیر میں شامل ہوں تاکہ زیادہ سے زیادہ لوگوں کو ہم فائدہ پہنچا سکیں. تھینک یو, بہت بہت شکریہ اسد صاحب, محمد دانیال حسن صاحب, واحد خلیل صاحب, ناظرین سارے لوگوں کا اسی شکریہ ادا کر رہے ہیں کہ انہوں نے خیبر پختونخوا دے عوام سے, غریب مستحق عوام سے پیکج شروع کیا ہوئے, تو ساری امید اسی کہ یہ سلسلہ جاری رکھن.